आज गैया बम छाए ਜਾਤੀ ਚੀਜ਼ਾਂ ਵੀ ਚੁੱਪ ਕਰ ਸਕਿਆ ਨਹੀਂ ਚੁੱਪ ਕਰ ਸਾਂ ਟਰਾਲੀ ਪਰਾਂਡਾ ਸਾਹਿਬ ਤੁਸੀਂ ਆਖਿਆ ਨਾ ਇਹ ਖਰਿਆਰੀ ਤਾਂ ਸੱਠ ਸੋ ਨਹੀਂ ਆਪਾਂ ਟਰਾਲੀ ਫੇਰਿਆ ਲੈ ਭੱਜੀ ਗਿਆ ਸੀ ਸੁੱਖ ਸੀ ਟਰੱਕ ਤੇ ਚੱਲ ਸੀ ਤੇ ਬੈਰ ਕਰੋ ਖਲੀ ਰਹਿ ਚੁੱਕਾ ਦੋ ਮਿੰਟ ਸਾਈਦ ਕੱਢਣ ਦੇ ਹਏ ਸਾਈ ਕੱਢਾਂਗਾ ਜੀ ਸਾਹੀ ਨਾ ਉਹ ਬੜੇ ਕਰਨ ਕਰਨਾ ਸਾਰਾ ਇਹ ਗੰਦ ਖੁੰਡਾ ਵਿੱਚੇ ਕੱਟਾ ਕਰੀ ਕੇ ਪਤਾ ਹੀ ਨਾ ਫਿਰ ਬੂਟੀਆਂ ਜੰਮਣੀਆਂ ਦੁਈਆਂ ਡੱਬੀ ਚਾਹੀਏ ਨੇ ਅੱਲਾ ਅੱਗ ਲਾਈ ਸੋਣਾ ਹਲਕਾਏਗੀ ਨਾ ਸਕ ਇਹ ਲੋਕਾਂ ਦੀਆਂ ਬਾੜੀਆਂ ਆ ਲੋਕਾਂ ਨੇ ਪਲਿਆਰ ਛੱਡੇ ਨਾ ਅੱਗੋ ਗੱਲਾਂ ਕਰਨੇ ਦੋ ਬੜਾ ਆਇਆ ਬਕਸੋ ਮਾਰ ਕੋਲ ਨਹੀਂ ਆਣਾ ਦੋ ਮਿੰਟ ਮਾਰੀ ਬਸ ਹੋਈ ਮੈਂ ਤੀਸਰਾ ਕਰਨਾ ਦੋ ਤਰ੍ਹਾਂ ਕਰਾਮੀਆਂ ਤੂੰ ਸੱਠ ਫਿਰ ਮੈਂ ਸਾਈ ਕੱਢੀ ਮੈਂ ਸੁੱਟਾ ਉੱਠੀ ਪਰ ਬੇਲਚਾ ਮਾਰੇ ਕੋਲ ਉਹਨੇ ਉੱਠੀ ਪਰ ਹੋਣਾ ਤੁਸੀਂ ਲੈ ਲਾ ਮੈਂ ਆਪਣੇ ਨਾਲ ਲਗਾ ਜੀ ਕਿਉਂ ਫੇਰ ਗਲਤੀ ਚ ਕਰੀ ਇਤਨੀ ਸੋਹਣੀ ਕੋ ਜਨਾਨੀ ਲੱਭੀ ਏ ਆਹਾਂ ਇਹ ਨਾ ਹੀ ਲੱਭਣੀ ਚੰਗਾ ਥਾ ਕਿਆ ਆਹਾਂ ਉਸ ਲੈ ਤੂੰ ਇਹ ਲੂਰ ਲੂਰ ਕਰਨਾ ਸੈ ਮੈਂ ਵਿਆਹ ਕਰੀ ਕਿ ਨਾ
ਗੱਲ ਸੁਣ, ਕਿਹੜਾ ਕੰਮ ਜਿਵੇਂ ਵਾਲਾ ਮੈਡੀਕਲ ਕਰਾਣੀ ਹੈ? ਭਾਂਡੇ ਤੂੰ ਮੈਡੀਕਲ ਧਵਾਣੀ ਹੈ, ਚੀਲੇ ਤੂੰ ਧਵਾਣੀ ਹੈ, ਕਟਵੀ ਮੈਂ ਰਹਿਣਾ ਵਾ, ਐਲ ਮੈਂ ਸੱਟਣਾ ਵਾ, ਡੰਗਰ ਮੈਂ ਚਲਾਉਣਾ ਵਾ, ਹੋਰ ਤੁਸੀਂ ਕਿਆ ਕਰਾ ਸੋ ਮੈਡੀਕਲ? ਮੈਂ ਸੁਪਾ ਨੂੰ ਕਿਆ ਖੜਾਉਣਾ ਸੀ ਜਿੱਦਾਂ ਉਹ ਉੱਥੇ ਗਲੀ ਛੁੱਪੀ ਛੁੱਪੀ ਤੋਂ ਮਿਲਿਆ ਸੀ, ਆਇਆ ਸੀ ਕਿਆ ਖੜਾ ਸਾਂ? ਆਣਾ ਸੀ ਹਮੇ ਤੇ ਵਕਤ ਜੀ ਤੇ ਸਾ ਕੇ ਮੈਂ ਕੰਮ ਨਾ ਕਰਨ ਦੇਣਾ, ਸਾਰੇ ਘਰਾਂ ਦੇ ਕੰਮ ਮੈਂ ਆਪੋ ਕਰਿਆ ਕਰਸਾਂ, ਤੁਸਾਂ ਸ਼ਹਿਜ਼ਾਦੀਆਂ ਅਰਦੇ ਸੋ ਖੱਟਾਪੁਰ ਉੱਥੇ ਗਈਆਂ ਉਹ ਦੋ ਖੁਡਲੀਆਂ। ਥੱਕੀ ਜਾਈਨਾ ਬਖਤੋ, ਯਕੀਨ ਮਨੋ ਬਸ ਹੋ ਗਈ ਆ ਇੱਧਰ। ਮੈਂ ਤਾਣਾ ਬਾੜੀ ਅੱਧਾ ਵਧਿਆ, ਜਿਹੜੇ ਥੋੜੇ ਜਿਹੇ ਦਾਣੇ ਆ ਕੇ ਗੁਜ਼ਾਰਾ ਕਰੀ ਗਿਆ। ਮੈਂ ਇੱਕ ਡੋਗਾ ਉਹ ਵੀ ਅੱਧਾ ਪਰ ਚਾਹੀਦੇ ਸੰਤ ਕੇ ਲਬਸੀ ਅਸਾਂ ਕੀ ਮਸਾਲਾ ਨੇ ਖਾਈ ਕਿੰਸੇ? ਇਹ ਨਹੀਂ ਨਾ ਹੁਣ ਸਿਹਤ ਮੰਨੀ, ਹੁਣ ਮੈਂ ਕਿਆ ਕਰਾਂ? ਨਹੀਂ ਇਹ ਜੇ ਕੰਮ ਹੋਣਾ ਫਿਰ ਨਹੀਂ ਹੋਣਾ। ਇਹ ਦੇਖ ਸੱਟੀਆਂ ਨਹੀਂ ਲੱਗਾ, ਇੱਕ ਸੱਟੀਆਂ ਉਹ ਤੇ ਘੋੜਾ ਲਗਾ, ਬੜੇ ਬੜੇ ਕੰਮ ਕੀਤੇ ਮੈਂ, ਇਹ ਪੂਰੇ ਪੂਰੇ ਡੋਗੇ ਚ ਮੈਂ ਬਾਣੀ ਹੋਣੀ। ਹਾਂ 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 ਪੂਰੇ ਗਰਾਂ ਦੇ ਨੇ ਬਾੜੀਆਂ, ਤੂੰ ਸਹੀ ਹਾਲ ਸੱਟਣੇ ਸੀ ਆਪਣੀਆਂ ਸਾੜੀਆਂ ਇਤਰੀਆਂ ਬਾੜੀਆਂ। ਹਾਂ ਹਾਂ ਬੜੇ ਡੋਗੇ ਤੇ ਸਾਨੇ ਕਿਰਪਾ ਕਰਕੇ ਗਿਆ ਮੈਂ ਪਤਾ ਲੱਗਾ। ਹਾਂ ਹਾਂ ਪਤਾ ਨਹੀਂ ਕੀ ਜਿਹੜੇ ਡੋਗੇ ਥੇ ਪੰਜ ਮਰਲੇ ਯਾਰ। ਬੋਸ ਕਿਧਰ ਗਿਆ? ਬੋਸ ਕੀ ਹੈ ਜੀ ਫੈਂਟੀ ਲਗੀ ਨਾ, ਬੋਸ ਥਰਮੋਸ ਬਣ ਗਿਆ, ਮੁੜੇ ਦੁਰਾ ਇਹ ਨਹੀਂ ਹੁਣ ਤੇ ਲੱਗਣਾ ਸੀ ਝਾਈ ਬਾਗ ਪੀਛੋਂ ਪਤਾ ਗਿਆ ਨਹੀਂ ਲੋਕ ਇੱਕ ਤਾਂ ਸੁਣਨਾ ਕਿਆ ਭਾਜੀ ਗਿਆ ਮਣੀ ਨਾ ਦੇ ਥਰਮੋਸ ਨੂੰ ਹੱਟ ਸੁਣਨ ਨੂੰ ਪਤਾ ਨਹੀਂ ਉਸੇ ਘਰਾਂ ਚ ਆਇਆ ਆਇਆ ਫਿਰ ਕੋਲ ਹੋਰ ਨਾ ਬੜੀ ਗੱਠੋ ਪਤਾ ਨਹੀਂ। ਸਲਾਮ ਅਲੈਕੁਮ। ਵਾਲੇਕੁਮ ਸਲਾਮ। ਕਿੱਲਾ ਪਤਾ ਨਹੀਂ ਹੁਣ ਕਿੱਥੇ ਸੱਟੀ ਆਇਆ। ਮਰੀ ਕਿਉਂ ਹੋਏ ਗਈ ਜਾਣ? ਉਹ ਡੋਰਾ ਮਾਮਾ ਜੀ ਕਿੱਧਰ ਗਏ ਸੀ? ਉਹ ਬਹੁਤ ਟਾਈਮ ਨਜ਼ਰ ਨਹੀਂ ਆਏ। ਉਹ ਗਾਂ ਨਸੀ ਜੀ ਨੇ ਉਹ ਗਾਂ ਨਹੀਂ ਨਸੀ ਗਈ, ਤੁਸਾਂ ਕਿੱਧਰ ਗਏ ਸੀ? ਉਹ ਮੈਂ ਗਿਆ ਸਾਂ ਆਪਣੇ ਗ੍ਰਾਂ ਚ, ਮੈਂ ਕੁਛ ਦਿਹਾੜੇ ਆਖਿਆ ਮਖਿਆ ਪਰ ਗ੍ਰਾਂ ਚ ਹੋਈ ਸਾਂ। ਉਹ ਗ੍ਰਾਂ ਗਿਆ ਆ ਤੇ ਮੁੜੇ ਹਿਦਰੇ ਤੇ ਲਿਖ ਲਿਆ ਨਾ ਜੀ ਜੀ ਤੇ ਜਿਵੇਂ ਮੈਂ ਲਤਰਾੜਾ ਤੂੰ ਬੈਠਾ ਵਾ ਤੇ ਆਪਣਾ ਤਾਂ ਜਿੰਨਾ ਸਾਂ ਤਾਂ ਕਰ ਆਪਣੇ ਘਰਾਂ ਦਲੋੜਾ ਨਹੀਂ ਜਾਈ, ਮੈਂ ਐਲਾ ਜ਼ਮੀਰੀ ਚੜਾ ਗਿਆ ਚੱਕੋ ਬੈਠਾ
ਮੈਂ ਬੈਠਾ ਇਧਰ ਤੱਕਣਾ ਪਿਆ, ਮਾੜਾ ਸੰਗੀ ਸਹਾਇਕ ਵਿਛੋੜ ਗਿਆ ਇਥੋਂ। ਤੰਬੂ ਫੱਟੀ ਗਈ ਹੈ? ਨਹੀਂ, ਮਾੜਾ ਸੰਗੀ ਵਿਛੋੜ ਗਿਆ ਨਾ, ਮਾੜਾ ਬੜਾ ਸੰਗ ਸਰੰਗ ਸੀ ਉਸ ਨਾਲ, ਬੜੇ ਯਾਦ ਮੇਰੀ, ਉਹ ਬੜੇ ਖਾਨੇ ਹੁੰਦੇ ਸੀ ਹਾਂ, ਉਹ ਕੱਦੂ ਅਸਾਂ ਨੀ ਲਾਏ, ਅਸਾਂ ਨੇ ਕਾਰ ਕੱਦੂ ਕਦੇ ਹੋਏ ਨੀ, ਜਦੋਂ ਲਾਏ ਤਾਂ ਬੱਕਰੀ ਡੰਗਰ ਖਾਈ ਤਾਂ ਜੁਲਣਾ ਰਿਹਾ। ਉਹ ਨੀ ਨੀ, ਉਹ ਮੈਂ ਨਾਲ ਬੰਦਾ ਸੀ ਨਾ, ਉਹ ਕੱਦੂ ਖਾਣਾ ਸੀ ਨਾ, ਤੇ ਉਸ ਕੀ ਕੱਦੂ ਮਾਰਿਆ ਨੀ, ਲੱਗਾ ਜੋ ਨਸੀ ਗਿਆ। ਅਲਾ ਅਲਾ, ਮਾੜੀ ਗੱਲ ਸੁਣੋ, ਇਹ ਮੈਂ ਆਇਆ ਵਾਂ ਇਧਰੇ ਤਾਂ ਮੀਂਹ ਕੀਤਾ, ਤੂੰ ਛਾਣੀ ਕਿੱਦਾਂ ਮੈਂ ਥੋੜਾ ਜਿਹਾ, ਇਹ ਇੱਥੇ ਬਖਤੋਂ ਨਾ ਘਰ ਕਿਹੜੇ ਪਾਸੇ ਆ, ਮੈਂ ਭੁੱਲੀ ਕੁਛ ਨਾ, ਇਹ ਇਹ ਗਿੱਲੀ ਸਿੱਧੀ ਐਸਾ ਨਾ, ਹਾਂ ਮੱਛੋ ਤੇਰੀ ਗਿੱਲੀ ਆਈ ਇਸ ਤਰ੍ਹਾਂ ਮੁੜਸਾ ਨਾ, ਹਾਂ ਸੱਜਾ ਤੇ ਅੱਗੇ ਨਾਲ ਖੱਬੇ ਮੁੜਸਾ ਨਾ, ਤੇ ਫਿਰ ਨਾਲ ਲੱਗਾ ਇਹ ਐਂ ਰਾਸਾ ਨਾ, ਅੱਗੇ ਬੰਦ ਗਲੀ ਹੈ, ਤੇ ਬੰਦ ਗਲੀ ਨੇ ਇਸ ਪਾਸੇ ਦਾਦੀ ਬਖਤੋਂ ਨਾ ਘਰ ਹੈ। ਹਲਾ ਹਲਾ, ਠੀਕ ਹੈ, ਪਹਿਲੇ ਇਧਰ ਆਉਣਾ ਸਾ, ਹੁਣ ਉਧਰ ਕੀ ਹੋਈ ਗਿਆ? ਦਾਦੀ ਬਖਤੋਂ ਦੀ ਸ਼ਾਦੀ ਹੋਈ ਹੈ ਨਾ, ਵਿਆਹ ਪਰ ਗਈ ਜੀ, ਵਿਆਹ ਪਰ ਗਈ ਨੀ ਬਖਤੋਂ, ਉਸ ਨੇ ਆਪਣਾ ਵਿਆਹ ਹੋਈ ਗਿਆ। ਬਕਵਾਸ ਕਰਨਾ, ਮਾਰੀ ਖੁੰਡਾ ਦਾ ਦੰਦ ਪੰਡੀ ਦੇ ਸਈ, ਇਸ ਉਮਰ ਚ ਵਿਆਹ ਕਰਸੀ ਤੁਸਾਨੀ ਭੈਣ ਸੀ? ਹਾਂ ਮਾੜੀ ਭੈਣ ਹੀ ਵੇ, ਅਸਾਂ ਦੋਏ ਨਾ ਜੁੜਵਾਇਆ, ਉਹ ਦੋ ਮਿੰਟ ਪਹਿਲੇ ਪੈਦਾ ਹੋਈ, ਮੈਂ ਦੋ ਮਿੰਟ ਬਾਅਦ। ਓਏ ਸ਼ਾਬਾਸ਼, ਮੈਂ ਥੋੜਾ ਕੰਮ ਪਈ ਗਿਆ ਸਾ ਨਾ, ਤਾਂ ਮੈਂ ਥੋੜਾ ਲੇਟ ਪੈਦਾ ਹੋਇਆ। ਤੁਸਾਂ ਐਮਰਜੈਂਸੀ ਚ ਹੋ? ਮਮਾ ਸਾ ਮੈਂ ਛੁੱਟਨੇ ਪਰ, ਮੈਂ ਕਿੱਥੇ ਗਿਆ ਐਮਰਜੈਂਸੀ ਵਾਡੇ ਚ? ਅੱਲਾ ਅੱਲਾ ਅੱਲਾ, ਉਹ ਫਿਰ ਦਾਦੀ ਬਖਤੋਂ ਨੇ ਘਰ ਭਈ ਅੱਗਾ ਦਾ ਤੁਸਾਂ ਨੂੰ ਫੌਜ ਪਿੱਛੇ, ਬੜਾ ਮਤਲਬ ਹੈ ਅੱਗਾ ਪਿੱਛੇ ਸੀ ਨਾ। ਹਾਂ ਹਾਂ ਹਾਂ, ਅੱਲਾ ਮੈਂ ਜੁੜਨਾ ਹੁਣ ਫਿਰ, ਤੱਕਾ ਕਰ। ਅੱਛਾ ਉਹ ਗਈ ਜਾਣ ਵਾ, ਇੱਥੇ ਹੀ ਬੈਠਾ ਰਹੋ ਤੂੰ, ਪਿਛਲੇ ਸਾਲ ਵੀ ਇੱਥੇ ਹੀ ਬੈਠਾ ਅਸੀਂ। ਬਾਲ ਬੱਤੀਆਂ ਵੇ ਮਾਈ ਸੱਗ ਮਾਰੋ ਸੰਗਲਾ ਨਾਲ, ਪਿੱਤਲ ਬਣਾਈ ਸੋਨ ਬਣਸਾ ਅੰਬਲਾ ਨਾਲ। ਆਇਓ ਚੰਗਾ ਭਲਾ ਸੁਤਾ, ਕਿਲੇ ਤੋਂ ਬਗੈਰ ਖਾਲੀ ਆ, ਇਸ ਸਜਣਾ ਨਹੀਂ ਮਾੜਾ ਜੀਣਾ, ਆਰਾਮ ਕੀਤਾ ਵਾ, ਉਹ ਗਈਆਂ ਨਹੀਂ, ਉਹ ਖਾ ਲੋ ਖਰੀ ਕੋਨ। ਆ ਓਹੋ, ਖਲ ਬੁੱਧਾ ਖਾ ਲਾ, ਖਲੀ ਗੋ ਖਾ ਲੈ, ਤੁਹਾਡੀ ਮਾਊ ਕੀ ਬਣ ਸਾਂ, ਤੂੰ ਤੋਂ ਕਾਬੂ ਹੋ ਸਿਆ, ਮੈਨੇ ਬਣੀ ਹਾਂ ਨਾ, ਇਹ ਸਾੜੀ ਨਾਲ ਚਾਰ ਓਹੋ ਡਰਾਈਵਰਾ, ਹਾਂ ਖਲੀ ਗੋ ਪੁੱਤਰ ਖਲੀ ਗੋ, ਖੰਮੂ ਮਾਰੋ ਨਜ਼ਰ ਆਇਆ ਸੱਤੀ ਕਿ ਨਾ, ਫਿਰ ਜੂਸਾ ਸੂ ਪਾਣੀ ਲੈ ਸਾ, ਹੁਣ ਉਸੇ ਕੋਲ ਪਕੜਾ ਖਲੀ ਗੋ, ਚਲੋ ਦੇਸਾ ਹੈਲ ਸੁੱਟਣਾ ਪਿਆ ਤੱਕਣਾ, ਕੋਈ ਨੀ ਬਾਹਰ ਖਾ ਲੀਆਂ, ਹੈਲ ਸੱਟੀ ਕਿ ਨਾ, ਤੁਸੀਂ ਖੋਲਿਆ ਤੂੰ ਨਸੀ ਕੈਸੇ, ਤੂੰ ਬੱਧੀ ਠੀਕ ਹੀ ਹੈ, ਸੋਹਣੀ ਲੱਗਣੀ ਹੈ, ਤੋ ਬਾਬਾ ਸੁਣਨਾ ਨੀ ਕੋਲ, ਮਾੜਾ ਜੀਉਣਾ ਆਰਾਮ ਕਰ ਛੋੜਿਆ, ਹਾਏ ਅੱਲਾ ਜੀ, ਹੁਣ ਐਲ ਸੱਟੋ।
ਇਹ ਥੋੜਾ ਜਿਹਾ ਨੀਲਾ ਜਿਹਾ ਕੱਪੋ ਸਾਮੀ ਗਈਆਂ ਹੀ ਬਾਥ ਆਪਣੇ ਅੱਗ ਲਾਈ ਗਿਆ ਸਾਂ ਜਰਾ ਵੀ ਨਹੀਂ ਕੀ ਖਿਆਲ ਕੋ ਨਹੀਂ ਮੇਰਾ ਮਾਲ ਡੰਗਰ ਖਾਣਾ ਹੈ ਜੀ ਥੋੜੀ ਜਿਹੀ ਜਵਾਰ ਬਸ ਫਿਰ ਕੰਮ ਚਲੀ ਗਿਆ ਸੀ ਦਾਦਾ ਡੁੜਾ ਵੀ ਕਰੇ ਬੂਟ ਲੇ ਤੁਸਾਂ ਮੈਂ ਪਿੱਛੇ ਖਲਨੇ ਪੈਣਾ ਮੈਂ ਮਾਰੀ ਨਾ ਦਰਾਟੀ ਤੇ ਨਾਸਾ ਕੱਪੀ ਤਾਂ ਥਾਈ ਦੇ ਸਹੀ ਬਦਮਾਸ਼ੀ ਕਰਨਾ ਉਸਨੇ ਸਾਹਮਣੇ ਸਵਰੇ ਮਣੇ ਕੀਤਾ ਉਸਨੇ ਸਾਹਮਣੇ ਬੋਲ ਬੋਲ ਨਾ ਕਰਿਆ ਕਰ ਤੂੰ ਸਮਝ ਜੀ ਜਮ ਦਾਦੀ ਨਹੀਂ ਉਹਨੇ ਸ਼ੇਰ ਹੋਈ ਗਏ ਨੇ ਉਹ ਤੇ ਬੈਟਰ ਤੁਸੀਂ ਦਾ ਡਰਨੇ ਆ ਅਗਲਾਂ ਅੱਗੇ ਕਿਥੋਂ ਅੱਗੇ ਅੱਗੇ ਕਹਿ ਨਾ ਅੱਗੇ ਅੱਗੇ ਡਰੋ ਤੁਸੀਂ ਨੇ ਪਿੱਛੇ ਡਰ ਪਿੱਛੇ ਡਰੋ ਤਾਂ ਅੱਗੇ ਡਰ ਅੱਗਾ ਹੋ ਅੱਗਾ ਹੋ ਤੋ ਖਲੇ ਨੂੰ ਤੂੰ ਮੈਂ ਮੈਂ ਡਰਨਾ ਡਰਨੇ ਆ ਦਾ ਬੈਟਰ ਡਰਨੇ ਆ ਬੈਟਰ ਡਰਨੇ ਸਿੱਧਾ ਡਰਨੇ ਨਾ ਦਾਦਾ ਜੀ ਗੱਲ ਸੁਣੋ ਇਹ ਗੱਲ ਆਵਾ ਨਹੀਂ ਦੇਸ ਤੁਸਾਂ ਟੁਰਨੇ ਦੀ ਸ਼ਾ ਲਾਣਾ ਜਿਹਦਾ ਕੋ ਬੁੱਢੀ ਬੱਤੂ ਟੁਰਨੀ ਨਹੀਂ ਬੱਥੋ ਨੇ ਕਰਾ ਲਿਆ ਜੀ ਹਾਂ ਬੱਥੋ ਟੁਰਨੀ ਬੱਥੋ ਨੇ ਕਰਾ ਲਿਆ ਬੱਤਕਾ ਬੱਤਕਾ ਟੁਰਨਾ ਅਗਰ ਦਾਦਾ ਤੁਸਾਂ ਪਰ ਜ਼ਵਾਰ ਨਾ ਮੈਂ ਤੁਹਾਡੇ ਕੋਲ ਕਪਾਈ ਨਾ ਤੇ ਤੁਹਾਡਾ ਮੈਂ ਇੱਚੀ ਕੁ ਮੀਕੂ ਕਰ ਸਾਂ ਤੁਹਾਡਾ ਲਾੜ ਆ ਦਾਦਾ ਤੁਸਾਂ ਦਾਦੀ ਨੇ ਸ਼ਮਨੇ ਕਿਤਨੇ ਸ਼ਰੀਫ ਬਣੇ ਹੋਨੇ ਹੋ ਜਿਲੇ ਦਾਦੀ ਨਹੀਂ ਹੋਣੀ ਤੁਸਾਂ ਕਿਸ ਸ਼ਖਤ ਹੋਈ ਗਈ ਜਿਵੇਂ ਮਾੜੀ ਮਜਬੂਰੀ ਹੈ ਸਮਝ ਆਈਆ ਨਾ ਹੁਣ ਤੁਹਾਡਾ ਮੈਂ ਇਹ ਅਗਰ ਇਮਾਨ ਕੇ ਇਨਸਾਨ ਪੁੱਤਰ ਤੂੰ ਜ਼ਿੰਦਗੀ ਯਾਦ ਰੱਖੇ ਇਹ ਤੁਹਾਡੀ ਨਾਸਾਂ ਕਪਸਾਂ ਕੰਨ ਕਪਸਾਂ ਤੂੰ ਮੈਂ ਬੂਲੀ ਬਣਾਸਾਂ ਕੀ ਮਾਰੇ ਕੰਨ ਕੀ ਕਪਸੋ ਜਵਾਰ ਕਪਸੋ ਨਾ ਅਗਰ ਤੂੰ ਸ਼ੰ ਕਪਸੋ ਜੀ ਉਸਨੇ ਸਾਹਮਣੇ ਕੋ ਟੁੱਟ ਫੁਰ ਕੀਤੀਆ ਆ ਪੁੱਤਰ ਮਾੜੇ ਤੋਂ ਬੁਰਾ ਕੋ ਨਹੀਂ ਆਉਣ ਲਗਾ ਇਧਰ ਇਧਰ ਤੱਕ ਹਾਂਜੀ ਅੰਜਾ ਕਰਾ ਨਾ ਕਿਸਰਾ ਹਾਂ ਚੱਲ ਦਾ ਤੂੰ ਅਸ਼ਾ ਨਾ ਕਰੋ ਤੁਸਾਂ ਸੁਨੇ ਤੇ ਪਤਾ ਲੱਗਣਾ ਰੋਨੇ ਹੋ ਪੁੱਤਰ ਮੈਂ ਤੁਹਾਨੂੰ ਰੋਣਾ ਦੁਆਣਾ ਇਹ ਜਰ ਵਾਸਾ ਨਾ ਜ਼ਿੰਦਗੀ ਯਾਦ ਰੱਖੋ ਹਾਲੇ ਮਾੜੀ ਸ਼ਰਾਫਤ ਤੱਕੀਏ ਮੈਂ ਸ਼ਰਾਫਤ ਦਾ ਜ਼ਿੰਦਗੀ ਗੁਜ਼ਰ ਕਰਨਾ ਨਾ ਤੇ ਲੋਕ ਗ੍ਰਹਿ ਨੇ ਕੁਝ ਆਖਣ ਨਾ ਇੱਧਰ ਆਏ ਗੱਲ ਸੁਣ ਇਹ ਪਕੜਨ ਦਰਾਟੀ ਇਹ ਦਰਾਟੀ ਪਕੜ ਸਿੱਧੀ ਨਾ ਪੜ ਮੈਗੀਆਂ ਪਕੜ ਪਕੜ ਸੇ ਕੀ ਹੈ ਮੈਂ ਕਿਹਾ ਬੋਲ ਗਿਆ ਕਿਸ਼ ਉਹ ਪੁੱਤਰ ਜੀ ਉਹ ਜਵਾਰ ਨਜ਼ਰ ਅਸਲੀ ਹੈ ਸਾਹਮਣੇ ਇਧਰ ਨਜ਼ਰ ਮਾਰੋ ਹਾਂ ਜੀ ਹੈ ਤੇ ਸਾਰੀ ਕੰਪਨੀ ਦਸਾਂ ਹਲਾ ਮੈਂ ਜੀ ਔਰ ਮੈਂ ਮੈਂ ਕੀ ਆ ਬਗਸਾ ਮਾਰੀ ਗ੍ਰਾਈ ਬੜੀ ਇਸ਼ੂ ਦੀ ਕੁਛ ਨਹੀਂ ਇੱਜ਼ਤ ਗਿਆ ਤੁਸ਼ਾ ਨਹੀਂ ਹੁਣ ਆਇਆ ਨਾ ਗੱਲਾਂ ਪਰ ਅੱਗੇ ਲਓ ਅੱਗੇ ਲਓ ਦਾਦਾ ਜੀ ਮਾਰੀ ਇਨਸਲਟ ਸੀ ਅੱਗੇ ਨਿਕਲ ਇਨਸਲਟ ਸੀ ਇਨਸਲਟ ਨੇ ਆ ਪੁੱਤਰਾ ਦਾਦਾ ਜੀ ਸਾਹਮਣੇ ਕਿਤਨੇ ਸ਼ਰੀਫ ਹੋਨੇ ਆ ਤੁਸ਼ਾ ਦਾਦੀ ਮਾਰੇ ਕਿਦਾਂ ਨਹੀਂ ਤਾਂ ਕੰਮ ਨਾ ਕਰਾਇਆ ਸੋ ਮਾਰੀ ਉਹ ਕੁਛ ਮਾਰਾ ਮਰਦਾ ਜੇ ਮਾਰਾ ਜਾਣਾ ਵਾਂ ਜੇ ਤੂੰ ਉਸਨੇ ਤਾਂ ਗਿਆ ਵੀ ਲਾਣਾ ਵੇ ਇਹ ਗੱਲ ਉਸਨੇ ਮੂੰਹ ਬੁਰਾ ਹਾ ਕਰੋ ਨਾ ਮਜਬੂਰੀ ਨਾ ਨਾ ਮਜਬੂਰੀ ਨਾ ਨਾ ਤੂੰ ਮਾਰੇ ਦਾਦੇ ਚ ਤੂੰ ਮਾਰੇ ਦਾਦੇ ਚ ਆਪਣੇ ਦਾਦੇ ਉਹ ਲੱਕੇ ਨੇ ਮਿਲਦਾ ਨਹੀਂ ਜਾਵੇ ਲੱਕੇ ਨੇ ਮਿਲਦਾ ਬਜੀ ਤੂੰ ਮਾਰੇ ਦਾਦੇ ਚ ਹੈ ਤੇ ਦਾਦੇ ਚ ਆਏ ਨਾ ਸਭ ਤੋਂ ਬੜੀ ਗਲਤੀ ਹੈਗੀ ਅਸਲ ਮੈਂ ਬਖਤਰ ਦੇ ਸਾਹਮਣੇ ਆ ਕਰੀ ਗਿਆ ਮੈਂ ਉਹ ਮੀਨੀ ਸਾ ਪਤਾ ਵਾ ਤੁਸਾਂ ਨਾ ਪੂਰਾ ਟੱਬਰ ਹੀ ਆ ਜਾਵੇ ਹੈ ਖਾਉ ਟੱਬਰ ਖਾਉ
ਤੁਸੀਂ ਮੋਇਆ ਨੇ ਫਿਰ ਖਾਣਾ ਵਾ ਪਾਏ ਕਿ ਨਹੀਂ ਆਈ ਜੇ ਉਤਰੀ ਜਾ ਆਇਆ ਚੁੱਲ੍ਹੇ ਬੇਚਾਰੇ ਗੱਲੇ ਹੀ ਕੋਈ ਨਹੀਂ ਪਾਇਆ ਰੋਲਾ ਪਿਆਰ ਬਾਜ਼ਰ ਖਾਦੇ ਨਾ ਅਗਾ ਨਿਕਲ ਅਗਾ ਨਿਕਲ ਤੁਸੀਂ ਵੀ ਖਾਦਾ ਸਨ ਜੁੱਲੇ ਜੁੱਲੇ ਸੁਣਾ ਡਾਕ ਤੁਰੇ ਤੁਰੇ ਤੇ ਕੁੜੀਆਂ ਫੱਟੀ ਗਈਆਂ ਮੈਂ ਨੀ ਦਿੰਦੇ ਘਰੇ ਨੇ ਕੰਮ ਕਰੋ ਬਾਹਰ ਨੇ ਕੰਮ ਕਰੋ ਅੱਜ ਡੰਗਰਾਂ ਨਾ ਪਾ ਇਕੱਠੀ ਕਰਨੀ ਰਹਿਣੀਆਂ ਹੋਰ ਪੱਲਾ ਸ਼ੁਰੂ ਕਰੀ ਸੱਟਣਾ ਕੋਰਾ ਕੋਰਾ ਕਿਤਨੀ ਮੈਲ ਲੈਣੀ ਵੇ ਮੈਂ ਗਿੱਟਿਆਂ ਪਰੋਂ ਹਾਂ ਆ ਪਰ ਉੱਤਰੀ ਆ ਤੂੰ ਨਹੀਂ ਠੀਕ ਅੱਛਾ ਵਾ ਇਹ ਤੱਕ ਇਹ ਹੁਣ ਡੱਠੀ ਜਿੱਤੀ ਪੈਰਾਂ ਨਾਲੋਂ ਇਹ ਦੋ ਗਿਆ ਫੇਰੀ ਫੇਰੀ ਤੱਕ ਕਰੋ ਗਵਣਾ ਸੁਣਾ ਤਾਂ ਮੈਲ ਦੇ ਸੀ ਹਾਂ ਇਹ ਲੁੱਟੀ ਇਹ ਲੋਟੀ ਇਸ ਤਰ੍ਹਾਂ ਪਿਆ ਬਾਹਰ ਗਸ਼ਨੀਆਂ ਡੋਗਿਆ ਮਿੱਟੀ ਚੜੀ ਗਸ਼ਨੀ ਇਹ ਖੁਰੀਆਂ ਫੱਟੀ ਗਈਆਂ ਤੇ ਮੈਂ ਆਖਿਆ ਥੋੜੀਆਂ ਰਗੜਾਂ ਰਗੜੇ ਨਾਲ ਨਾ ਇਹ ਥੋੜੀਆਂ ਠੀਕ ਹੋਈ ਗਸ਼ਨੀ ਆਉਣੀਆਂ ਫੁੱਟੀ ਗਈਆਂ ਨਾ ਮੇਲ ਕਿੱਥੇ ਚੜੀ ਦਾਦੀ ਚੰਗੀ ਮੈਲ ਦੀ ਇਹ ਮਿੱਟੀ ਹੈ ਕਿਆ ਕਰਾਂ ਵੇਲਾ ਉੱਠਣੀ ਆ ਤੇ ਫਿਰ ਹੋਰ ਕੰਮ ਕਰਨਾ ਤੇ ਮੈਂ ਭਾਅ ਇਕੱਠੀ ਕਰਨੀ ਆ ਫਿਰ ਗੱਛੀ ਤੋਂ ਸੱਟੀ ਸੀ ਨਾ ਆ ਚੀਕੂ ਆ ਨਾ ਹੁਸਕਿਤ ਮੈਂ ਨਾ ਲਾਉਣੀ ਇਹ ਹੋਰ ਮੈਂ ਨਾਲ ਉੱਠਣਾ 8-9 ਵਜੇ ਫਿਰ ਦਮ ਬੱਕਰੀਆਂ ਦਾ ਚਲਾ ਗਸ਼ਣਾ ਉਹ ਵੀ ਕੰਮ ਥੋੜਾ ਨਹੀਂ ਕਰਨਾ ਨਾ ਕਈ ਅੱਛਾ ਨਾਲ ਪਾਣੀ ਬੋਸ਼ ਨਹੀਂ ਤੂੰ ਮਾੜੇ ਕੋਲ ਪਾਣੀ ਬੋਸ਼ ਨਹੀਂ ਤੇ ਕੀ ਐਸ ਨਹੀਂ ਆਣੀ ਫਿਰ ਐਵੇਂ ਆਖਣੀ ਮਜ਼ਾਕ ਕਰਨੀ ਆ ਦਾਦੀ ਕੀ ਕਰਾਂ ਫਿਰ ਕਰਿਆ ਨੇ ਕੰਮ ਤੇ ਕਰਨੇ ਪੈਣੇ ਨਾ ਸ਼ੇਰੂ ਜਿੰਨੀ ਚੀਜ਼ ਨੇ ਜੋਗਾ ਇੱਕ ਕਿਆ ਨਜ਼ਰ ਨਹੀਂ ਆਣਾ ਨਾ ਮਾੜੀ ਗੱਲ ਸੁਣ ਤੇ ਤੂੰ ਚੀਕੋ ਨੂੰ ਬੰ ਕੁਛ ਨਹੀਂ ਖਿਆ ਰਹੀ ਨਾ 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 ਉਹ ਆਹਣੇ ਸੀ ਮਾੜੀ ਬੱਕਰੀ ਕਾਲੀ ਜਿਹੜੀ ਆ ਨਾ ਉਹ ਗੁੰਮੀ ਗਈ ਤੇ ਤੂੰ ਕੀ ਨਜ਼ਰ ਤੇ ਨਹੀਂ ਆਈ ਮੈਂ ਹਾਂ ਉਹ ਸਾਹਮਣੇ ਬਾੜੀ ਬੱਕਰੀ ਤੇ ਜੋਤ ਭਾਈ ਮੈਂ ਬਾਹਰ ਸੀ ਨਾ ਕੀ ਬਾੜੀਆਂ ਚਰਨੀ ਸੀ ਨਾ ਉਹ ਜ਼ਿਆਦਾ ਹੀ ਕੋਈ ਇਸ ਨੂੰ ਪੁੱਛਣ ਲੱਗੀ ਪਈ ਹੈ ਮੈਂ ਜਾਣਨੀ ਨਾ ਵੀ ਕਿ ਮਾੜੇ ਨਾ ਆਏ ਬਖਤੋ ਦਾਦੀ ਜੇ ਤੁਸੀਂ ਕੀ ਪਤਾ ਤੇ ਫਿਰ ਪੁੱਛਨੇ ਕੀ ਆਏ ਹੋ ਮੈਂ ਕਪਟਾ ਮਾਰਾ ਖਬਰਦਾਰ ਮਾੜਾ ਸਿੱਧਾ ਸਾਦਾ ਅਪੋਤਰਾ ਹੈ ਉਹ ਨਾ ਕੋਈ ਸਮਝਣਾ ਬੋਝਣਾ ਦਾਦੀ ਆਪ ਤੇ ਬੂਸ਼ ਕਹਿੰਦੀ ਪਿੰਗਾ ਬਾਣੇ ਸਿਓ ਮੈਂ ਤੱਕਾ ਮਾਰੀ ਮੁੱਕਾ ਗਿਆ ਤੇ ਦੰਦ ਪਣੀ ਗਿਆ ਟੁੱਟੀ ਗਈ ਨੇ ਤੇ ਉਹਨੇ ਸਭ ਨੂੰ ਬਾੜ ਦੇਣੇ ਹੋ ਬੱਚੇ ਅੱਗੇ ਸੁਣਨੇ ਆ ਅੱਛਾ ਛੋੜੋ ਨਾ ਦਾਦੀ ਮਿੱਕੀ ਇਹ ਦੱਸੋ ਤੁਸੀਂ ਨਹੀਂ ਸ਼ੇਰੂ ਦਾਦੇ ਨਾਲ ਆ ਅੱਖ ਮਟਕਾ ਕੀਤਾ ਅਸਾਂ ਨਹੀਂ ਵਾਰੀ ਆਈ ਤੇ ਪਾਬੰਦੀਆਂ ਖਬਰਦਾਰ ਮਾਰੇ ਪੋਤਰੇ ਕੁੱਤੇ ਕੰਮੇ ਦਾ ਮੈਂ ਕਾ ਕੀਤੀਆਂ ਇਸ ਮਟਕੀਆਂ ਹੋ ਇਤਨੇ ਸੋਹਣੇ ਘਰਾਂ ਚ ਰਹਿਣੀ ਬਹਿਣੀ ਸੀ ਆਪਣਾ ਸੋਹਣਾ ਘਰ ਸਾ ਹੈ ਐ ਚੀਕੂ ਮਾਰ ਦੇਣਾ ਸਾ ਇਸ ਨੇ ਪਤਾ ਨੀ ਕੁੱਥਾ ਕੋਰਾ ਮਾੜੇ ਮੱਥਾ ਲਗਾ ਆਉਣਾ ਸਾ ਮਾੜੇ ਪਿੱਛਾ ਜ਼ਮੀਨਾਂ ਹੀ ਆ ਬਾੜੀਆਂ ਹੀ ਆ ਕਿੱਲੇ ਹੈ ਉਸ ਤੋਂ ਬਾਅਦ ਆਉਣਾ ਮੈਂ ਬੜੇ ਬੜੇ ਡੰਗੋਂ ਰੱਖੇ ਬੱਚੇ ਰੱਖੇ ਮਕਾਨ ਮਾੜਾ ਇਤਨਾ ਸੋਹਣਾ ਗਈਆਂ ਤੱਕਿਆ ਦੋ ਚੁਗੀਆਂ ਹੈ ਇੱਕ ਮਾਲਾ ਵੀ ਉਹ ਕੋਠੀ ਕੋਠੀ ਅੰਦਰ ਇੱਕ ਕੋਠੀ ਬਣਾਈ ਤਾਂ ਇਹ ਕੋਠੀ ਮੈਂ ਆਉਣਾ ਸਾ ਉਹ ਅਸੀਂ ਕੁੱਤੇ ਨੀ ਕੋਠੀ ਦਾਦੀ ਇਤਨਾ ਬੜਾ ਧੋਖਾ ਮਾੜੇ ਨਾਲ ਹੋਇਆ ਤੁਸਾਂ ਵੀ ਤਾਂ ਉਸ ਟਾਈਮ ਇਸ਼ਕ ਪਿੱਟੇ ਮੈਂ ਮਾਰਨੇ ਗਏ ਸਦਾ ਚਲ ਦਬੋ ਓਏ ਡਾਕਟਰ ਤੂੰ ਸ਼ੁਰੂ ਕਰ ਦਾ ਅਰੇ ਪਕੜੋ ਦਰਾਡੀ ਤੇ ਸ਼ੁਰੂ ਹੋਈ ਗਿਆ ਛੋ ਕਿਉਂ ਤੁਸੀਂ ਕਬ ਸ਼ੋਰ ਮੈਂ ਕਰਸਾ ਹਾਂ ਮੈਂ ਤੁਹਾਡੀ ਦਾਦੀ ਨੇ ਕਰਾਇ ਲਾਵਾਂ ਸਮਝ ਆਈ ਆ ਨਾ ਇਧਰ ਤੂੰ ਉੱਠਾ ਬੜਾ ਸ਼ੇਰ ਬਣਨਾ ਇਸਨੇ ਸਾਹਮਣੇ ਬੜਾ ਸ਼ੇਰ ਬਣਨਾ ਤੇ ਤੁਸੀਂ ਵੀ ਦਾਦੀ ਬਖਸ਼ਣੇ ਸ਼ਮੇ ਲੂੰਬੜ ਬਣਨੇ ਆ ਨਾ
ਪੁੱਤਰ ਥੋੜੀ ਜੀ ਮਾੜੇ ਕੋਲੋਂ ਮਿਸ ਕਮਿਟਮੈਂਟ ਹੋ ਗਈ ਉਹ ਨਾ ਨਾ ਹੋਣੀ ਤੇ ਮੈਂ ਤੁਸਾਂ ਕੀ ਦੱਸਾਂ ਆਣ ਕੇ ਮੈਂ ਤੁਸਾਂ ਨਾਲ ਕਹਿ ਕਰਾਂ ਹੈ ਲੇਕਿਨ ਮਜਬੂਰੀ ਮਾੜੀ ਆਈ ਆ ਤੁਸੀਂ ਕੋਲ ਮਾਰਿਆ ਸਾਰਾ ਮਾੜੀ ਜੇ ਦਾਦਾ ਤੇ ਮਾੜੀ ਕੱਪ 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 ਸਿੱਧੇ ਸੀ ਕਰਾਂ ਕੱਪ ਤੁਸੀਂ ਲੱਤੀ ਕੇ ਪੂਰੀ ਚੀੜ ਰੱਗੀ ਨੇ ਮੈਂ ਕੱਪ ਦੇਖੀ ਬੁਨ ਬਾ ਬੁਨ ਇੱਥੋਂ ਮੁੰਡੂ ਕੱਪ ਬੁਨ ਬੈਣਾ ਜੇ ਬਖਤੋ ਨੇ ਸਾਹਮਣੇ ਪੁੱਤਰ ਕੋ ਇਹ ਜੀ ਤੋਰ ਪਰ ਕੀਤੀ ਆ ਮਾੜੇ ਤੋਂ ਬੁਰਾ ਕੋਈ ਨਹੀਂ ਆਉਣਾ ਕੋਈ ਨਹੀਂ ਆਉਣਾ ਮੈਂ ਤੜਿਆ ਥਾਂ ਪਰ ਮਾਰਸਾਂ ਡੰਡੇ ਮਕਾ ਕਰਨ ਦੀ ਮਕਾ ਤਬ ਪੰਜਾਂ ਮਿੰਟਾਂ ਚ ਕਾ ਡੰਡ ਅੱਕਾ ਅੱਕਾ ਟੰਡਾ ਕੱਪੜਾ ਸਿੱਧਾ ਕੱਪ ਤੁਸੀਂ ਪੜਨੇ ਜੁਲੋ ਅਦਰ ਇਹ ਚਾਹੀਦੇ ਵੀ ਖਰਸੇ ਪੁੱਤਰ ਤੂੰ ਚਾਹੀਦੇ ਤੁਸੀਂ ਜੋਰ ਸੋ ਕੌਣ ਕਰਦਾ ਮੈਂ ਜੋਰ ਸੋ ਕੌਣ ਕਰਦੀ ਆਹ ਹਾਂ ਇਥੇ ਬਖਤੋ ਕੋ ਨੀ ਜਿਹਦਾ ਤੂੰ ਲਾਡ ਚਾੜ ਸੀ ਮੈਂ ਲੈ ਪੁੱਤਰ ਮੈਂ ਲੈ ਪੁੱਤਰ ਪੁੱਤਰ ਜਿਤਨੇ ਚਿੱਬੇ ਖੜਦੇ ਹੋ ਮਾੜੇ ਦਾਦਾ ਚਾਹੋ ਮਾੜੇ ਦਾਦਾ ਚਾਹੋ ਚਿੱਬੇ ਖੜਦੇ ਜਿਤਨੇ ਸੇ ਹੋ ਮਾੜੇ ਦਾਦਾ ਚਾਹੋ ਚਿੱਬਾ ਖੜੀਬਾ ਨੇ ਮੈਂ ਜਾਵਾ ਮੈਂ ਪਹਿਲਾਂ ਦੱਸੇ ਨੇ ਨਾ ਸਹੀ ਮੈਂ ਡਰਾਡੀ ਮਾਰ ਛੜੇ ਕਾ ਕੀ ਆ ਨਹੀਂ ਨਹੀਂ ਮੇਰੇ ਮਤਲਬ ਭਾਵੇਂ ਆਹੋ ਤੁਸਾਂ ਹਾਂ ਇਧਰ ਕਾਰ ਗਾਸਾ ਮਤਾ ਉਸ ਸਾਹਮਣੇ ਬੈਠ ਜੇ ਮੈਂ ਜਵਾਰ ਕੱਪੀ ਆ ਕਿਆ ਸਾਰੀ ਦਾਦੇ ਹੋਰ ਕੁਝ ਕੱਪੀ ਸ਼ਰਬਤ ਲਾ ਰੂ ਇਗਜ਼ਾਮ ਲਾ ਗਿਆ ਮਿਠਾਈ ਚੈੱਕ ਕਰੋ ਜਰਾ ਮੁਕਾ ਕਰਨਾ ਜੀ ਨਵਾਬ ਨਾ ਪੁੱਤਰ ਹੈ ਤੂੰ ਮਤਲਬ ਸਿਆਣਾ ਪੁੱਤਰ ਹੈ ਸ਼ਾਬਾਸ਼ ਸ਼ਾਬਾਸ਼ ਜਿਸ ਤਰ੍ਹਾਂ ਤੂੰ ਬਖਤੋ ਨਾ ਪੋਤਰਾ ਇਸ ਤਰ੍ਹਾਂ ਮਾੜਾ ਹੀ ਨਾ ਸਾਰਾ ਕੁਝ ਤੂੰ ਕਰਸੀ ਪੁੱਤਰ ਪਾਈ ਖਾਸੋ ਕੋਈ ਖਾਣੇ ਨੂੰ ਦਿਲ ਕਰਨਾ ਕੋਈ ਚੀਜ਼ ਪਾਏ ਗਲੀ ਗਈ ਵੇਸ਼ੀ ਦਾਦਾ ਨਹੀਂ ਗੱਲੇ ਗਲੀ ਗਿਆ ਫੂਕਾਂ ਜਿਤਨੀਆਂ ਮੈਂ ਮਾਰੀਆਂ ਨਾ ਉਤਨੀਆਂ ਮੈਂ ਤੁਸਾਂ ਦੀਆਂ ਫੂਕਾਂ ਦੁਆ ਨਹੀਂ ਕਰਦਾ ਕਿ ਮੈਂ ਤੁਸੀਂ ਦੱਸੇ ਆਏ ਤੱਕ ਹੀ ਕਿਹਾ ਇਹ ਮੈਂ ਡੰਡਾ ਤੁਹਾਡੇ ਪਰ ਪਨਸਾ ਥਿਆ ਬਤਾ ਗੱਲ ਦੱਸੋ ਹਾਂ ਦਾਦੀ ਨੇ ਸ਼ਮਨੇ ਬਹੁ ਸ਼ਰੀਫ ਜੀ ਹੋਨੇ ਹੋ ਤੁਸਾਂ ਪਿਤਾ ਜੀ ਤੇ ਤੁਸਾਂ ਮਿਕਾ ਲੈਂਦੇ ਕੀ ਤੇ ਤੁਸਾਂ ਕੀ ਰੋਕ ਹੀ ਚੜਨਾ ਗੱਲ ਸੁਣ ਮਾੜੀ ਹਾਂਜੀ ਵਕਤੋ ਕੀ ਮੈਂ ਬੜੇ ਸਬਕ ਬਾਗ ਦੱਸੇ ਸੀ ਮੈਂ ਉਸਨੇ ਕਿਹਾ ਬਣੇ ਸੋ ਨਾ ਉਹ ਦਾਦੇ ਨੇ ਪਿੱਛੇ 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 ਲੂਰ ਲੂਰ ਕਰਨੇ ਸੇ ਆ ਝਾੜੀ ਤਲੇ ਮਿਲਨੇ ਸੋ ਆ ਰੱਖਤੇ ਤਲੇ ਠੀਕ ਆਖਣੇ ਹੋਣੇ ਬੜੇ ਹੈ ਇਸ ਜਿਹੜਾ ਹੋਣਾ ਨਾ ਅੱਖੀਆਂ ਦਾ ਪੱਟੀਆਂ ਬੰਨਣ ਕਿਸ਼ੀਆਂ ਤੁਸੀਂ ਗੱਲਾਂ ਆਖਣੇ ਤੱਖੀ ਸੁਣੀ ਨਾ ਤੇ ਵਿਆਹ ਤੇ ਸ਼ਾਦੀ ਕਰੋ ਹੈ ਜਿਹੜੇ ਮਾਂ ਪਿਓ ਕਰਾਣੇ ਨਾ ਯਕੀਨ ਮਨ ਮੈਂ ਤਾਂ ਸੁਣਿਆ ਜਿਹੜੇ ਮਾਂ ਪਿਓ ਮਰਜ਼ੀ